ਇਹ ਪੁਰਾਣੀ ਗੱਲ ਹੋ ਚੁੱਕੀ ਹੈ ਜਦੋਂ ਕਿਹਾ ਜਾਂਦਾ ਸੀ ਕਿ ਔਰਤਾਂ ਦੇ ਹੱਥ ਵਿੱਚ ਸਟੀਅਰਿੰਗ ਵਹੀਕਲ ਸੁਰੱਖਿਅਤ ਨਹੀਂ ਹੈ। ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਹਿਲਾਵਾਂ ਬਾਈਕ, ਆਟੋ ਰਿਕਸ਼ਾ, ਟ੍ਰੇਨ ਅਤੇ ਇੱਥੋਂ ਤੱਕ ਕਿ ਹਵਾਈ ਜਹਾਜ਼ ਵੀ ਬਾਖੂਬੀ ਚਲਾਉਂਦੀਆਂ ਨੇ। ਅਜਿਹੀ ਹੀ ਇੱਕ ਕਹਾਣੀ ਕੇਰਲ ਦੀ ਕੁੜੀ ਦੇ ਬਾਰੇ ਹੈ ਜੋ ਟੈਂਕਰ ਲੌਰੀ ਚਲਾਉਂਦੀ ਹੈ। ਕੇਰਲ ਵਿੱਚ ਕਈ ਔਰਤਾਂ ਦੇ ਕੋਲ ਭਾਰੀ ਵਾਹਨ ਜਿਵੇਂ ਕਿ ਟਰੱਕ ਅਤੇ ਬੱਸ ਚਲਾਉਣ ਦੇ ਲਈ ਡਰਾਈਵਿੰਗ ਲਾਇਸੈਂਸ ਹੈ, ਪਰ ਉਹ ਕਾਰ, ਦੁਪਹੀਆ ਅਤੇ ਆਟੋ ਰਿਕਸ਼ਾ ਚਲਾਉਂਦੀਆਂ ਨੇ। ਪਰ ਡਲੀਸੀਆ ਕੇਰਲ ਵਿੱਚ ਇੱਕ ਅਜਿਹੀ ਮਹਿਲਾ ਹੈ ਜਿਸ ਕੋਲ ਖਤਰਨਾਕ ਸਮਾਨ ਲੈ ਕੇ ਜਾਣ ਵਾਲੇ ਵਾਹਨ ਨੂੰ ਚਲਾਉਣ ਦੇ ਲਈ ਫਾਇਰ ਐਂਡ ਸੇਫਟੀ ਲਾਇਸੈਂਸ ਦੇ ਨਾਲ ਡਰਾਈਵਿੰਗ ਲਾਇਸੈਂਸ ਵੀ ਹੈ। ਇਹ ਗੱਲ ਤ੍ਰਿਸੂਰ ਦੀ ਕੈਮਕੌਮ ਗ੍ਰੈਜੂਏਟ ਕੁੜੀ ਨੂੰ ਵਿਸ਼ੇਸ਼ ਬਣਾਉਂਦੀ ਹੈ। ਡਲੀਸੀਆ ਡੇਵਿਸ ਦੀਆਂ 3 ਕੁੜੀਆਂ ਵਿੱਚੋਂ ਦੂਜੇ ਨੰਬਰ ਤੇ ਹੈ ਜੋ ਤ੍ਰਿਸੂਰ ਜ਼ਿਲ੍ਹੇ ਦੇ ਵਦਨਪੱਲੀ ਕੰਡਾਸਮ ਕੋਦਾਵੂ ਦੇ ਇੱਕ ਪੈਟਰੋਲ ਟੈਂਕਰ ਚਾਲਕ ਹੈ। ਡੇਵਿਸ ਪਿਛਲੇ 40 ਸਾਲਾਂ ਤੋਂ ਪੈਟਰੋਲ ਟੈਂਕਰ ਲਾਰੀ ਚਲਾ ਰਹੇ ਨੇ। ਡਰਾਈਵਿੰਗ ਦਾ ਇਹੀ ਜਨੂੰਨ ਡਲੀਸੀਆ ਦੇ ਅੰਦਰ ਬਹੁਤ ਘੱਟ ਉਮਰ ਵਿੱਚ ਹੀ ਵੇਖਣ ਨੂੰ ਮਿਲਿਆ, ਜਿਸ ਨੇ ਉਸ ਨੂੰ ਪੈਟਰੋਲ ਟੈਂਕਰ ਨੂੰ ਚਲਾਉਣ ਵਿੱਚ ਸਮਰੱਥ ਬਣਾਇਆ। ਡਲੀਸੀਆ ਦੇ ਪਿਤਾ ਡੇਵਿਸ ਬਚਪਨ ਵਿੱਚ ਅਕਸਰ ਡਲੀਸੀਆ ਨੂੰ ਆਪਣੀਆਂ ਯਾਤਰਾਵਾਂ ਤੇ ਲੈ ਜਾਂਦੇ ਸਨ। ਇਹਨਾਂ ਯਾਤਰਾਵਾਂ ਦੌਰਾਨ ਡਲੀਸੀਆ ਆਪਣੇ ਪਿਤਾ ਦੇ ਵਾਹਨ ਚਲਾਉਣ ਦੀਆਂ ਖੂਬੀਆਂ ਨੂੰ ਸਿੱਖਦੀ ਹੋਈ ਵੱਡੀ ਹੋਈ। ਪਿਤਾ ਨੇ ਡਲੀਸੀਆ ਨੂੰ ਖੁਦ ਪਹਿਲੀ ਵਾਰ ਆਪਣੀ ਗੱਡੀ ਵਿੱਚ ਉਦੋਂ ਬਿਠਾਇਆ ਜਦੋਂ ਉਹ 8ਵੀਂ ਜਮਾਤ ਵਿੱਚ ਸੀ। ਡਲੀਸੀਆ ਬਚਪਨ ਤੋਂ ਹੀ ਡਰਾਈਵਿੰਗ ਦੀ ਦੀਵਾਨੀ ਸੀ। ਮੈਂ ਪਿਛਲੇ 40 ਸਾਲਾਂ ਤੋਂ ਟੈਂਕਰ ਲੋਰੀ ਚਲਾ ਰਿਹਾ ਹਾਂ। ਇੱਕ ਵਾਰ ਡਲੀਸੀਆ ਨੇ ਮੈਨੂੰ ਪੁੱਛਿਆ ਕਿ ਉਹ ਸਾਡੀ ਅਬਮੈਸਟਰ ਕਾਰ ਚਲਾ ਸਕਦੀ ਹੈ। 3 ਜਾਂ 4 ਦਿਨਾਂ ਵਿੱਚ ਹੀ ਉਹ ਸਟੀਅਰਿੰਗ ਨੂੰ ਕੰਟਰੋਲ ਕਰਨਾ ਸਿੱਖ ਗਈ। ਹਾਲਾਂਕਿ ਉਦੋਂ ਉਸ ਦੀ ਉਮਰ ਡਰਾਈਵਿੰਗ ਲਾਇਸੈਂਸ ਦੀ ਐਪਲੀਕੇਸ਼ਨ ਦੇ ਲਈ ਕਾਫ਼ੀ ਨਹੀਂ ਸੀ। ਆਪਣੇ 18ਵੇਂ ਜਨਮ ਦਿਨ ਦੇ ਅਗਲੇ ਦਿਨ ਹੀ ਉਸਨੇ ਡਰਾਈਵਿੰਗ ਲਾਇਸੈਂਸ ਦੇ ਲਈ ਅਪਲਾਈ ਕੀਤਾ। ਉਹ 2 ਸਾਲ ਤੋਂ ਗੱਡੀ ਚਲਾ ਰਹੀ ਸੀ। ਇੱਕ ਹੋਰ ਸਾਲ ਦੇ ਬਾਅਦ ਉਸਨੂੰ ਆਪਣਾ ਭਾਰੀ ਵਾਹਨ ਲਾਇਸੈਂਸ ਮਿਲਿਆ। ਬਾਅਦ ਵਿੱਚ ਉਸਨੂੰ ਹਿੰਦੁਸਤਾਨ ਪੈਟਰੋਲੀਅਮ ਤੋਂ ਟੈਂਕਰ ਚਲਾਉਣ ਦਾ ਪਾਸ ਮਿਲ ਗਿਆ। ਹੁਣ ਉਹ ਨਿਯਮਿਤ ਰੂਪ ਤੋਂ ਪੈਟਰੋਲ ਟੈਂਕਰ ਚਲਾਉਂਦੀ ਹੈ। ਡਲੀਸੀਆ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕਾਰ ਚਲਾ ਕੇ ਕੀਤੀ। ਉਹ ਛੇਤੀ ਹੀ ਭਾਰੀ ਵਾਹਨ ਚਲਾਉਣਾ ਚਾਹੁੰਦੀ ਸੀ। 20 ਸਾਲ ਦੀ ਉਮਰ ਵਿੱਚ ਉਸਨੇ ਭਾਰੀ ਵਾਹਨ ਲਾਇਸੈਂਸ ਅਤੇ ਖਤਰਨਾਕ ਸਮਾਨ ਲਿਜਾਣ ਵਾਲੇ ਵਾਹਨਾਂ ਨੂੰ ਚਲਾਉਣ ਦਾ ਲਾਇਸੈਂਸ ਹਾਸਲ ਕੀਤਾ। ਮੇਰੇ ਪਿਤਾ ਜੀ ਲੰਮੇ ਸਮੇਂ ਤੱਕ ਆਪਣੀਆਂ ਯਾਤਰਾਵਾਂ ਦੇ ਦੌਰਾਨ ਮੈਨੂੰ ਲੋਰੀ ਵਿੱਚ ਨਾਲ ਲੈ ਜਾਂਦੇ। ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀ ਤਾਂ ਕਿ ਲੰਮੀ ਯਾਤਰਾਵਾਂ 'ਤੇ ਗੱਡੀ ਚਲਾਉਂਦੇ ਸਮੇਂ ਉਹਨਾਂ ਨੂੰ ਨੀਂਦ ਨਾ ਆਵੇ। ਇਹਨਾਂ ਯਾਤਰਾਵਾਂ ਨੇ ਮੈਨੂੰ ਡਰਾਈਵਿੰਗ ਦੇ ਕਰੀਬ ਕਰ ਦਿੱਤਾ। ਮੈਂ ਅੰਬੈਸਟਰ ਕਾਰ ਨੂੰ ਡਰਾਈਵ ਕਰਨਾ ਸਿੱਖ ਲਿਆ ਜੋ ਸਾਡੇ ਕੋਲ ਘਰ ਵਿੱਚ ਸੀ। ਇਸ ਵਿੱਚ ਸਧਾਰਨ ਸਟੀਅਰਿੰਗ ਅਤੇ ਫਿਰ ਪਿਤਾ ਜੀ ਨੇ ਕਿਹਾ ਕਿ ਮੈਨੂੰ ਪਾਵਰ ਸਟੀਅਰਿੰਗ ਦੀ ਵਰਤੋਂ ਕਰਨਾ ਸਿੱਖਣਾ ਚਾਹੀਦਾ ਹੈ। ਇਹ ਸਿੱਖਣ ਲਈ ਲੋਰੀ ਸਭ ਤੋਂ ਬਿਹਤਰ ਵਾਹਨ ਹੈ। ਪਾਵਰ ਸਟੀਅਰਿੰਗ ਦੇ ਨਾਲ ਅਸੀਂ ਵਾਹਨ ਨੂੰ ਬੇਹੱਦ ਹੀ ਸਰਲਤਾ ਅਤੇ ਆਸਾਨੀ ਨਾਲ ਚਲਾ ਸਕਦੇ ਹਾਂ। ਪਿਤਾ ਜੀ ਨੇ ਮੈਨੂੰ ਗੇਅਰ ਦੀ ਸਥਿਤੀ ਅਤੇ ਵਾਹਨ ਦੀ ਲੰਬਾਈ ਜਾਣਨ ਦੀ ਮਦਦ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਟੈਂਕਰ ਲੋਰੀ ਚਲਾਉਣਾ ਆਸਾਨ ਹੈ ਅਤੇ ਮੈਂ ਲਾਇਸੈਂਸ ਲੈ ਲਿਆ। ਮੈਂ ਪਿਛਲੇ ਕੁਝ ਸਮੇਂ ਤੋਂ ਆਪਣੇ ਪਿਤਾ ਨਾਲ ਗੱਡੀ ਚਲਾ ਰਹੀ ਹਾਂ। ਡਲੀਸੀਆ ਇਹਨਾਂ ਦਿਨਾਂ ਵਿੱਚ ਏਰਨਾਕੁਲਮ ਦੇ ਇਰੂਬਨਮ ਦੇ ਮਲਪੁਰਮ ਦੇ ਪੈਟਰੋਲ ਪੰਪ ਤੱਕ ਇੱਕ ਪੈਟਰੋਲ ਟੈਂਕਰ ਚਲਾ ਰਹੀ ਹੈ। ਕਈ ਵਾਰ ਉਹਨਾਂ ਨੂੰ ਕੋਜ਼ੀਕੋਡ ਦੇ ਇਲਾਥੂਰ ਵਿਖੇ ਪੈਟਰੋਲ ਡਿਪੂ ਤੇ ਵੀ ਜਾਣਾ ਪੈਂਦਾ ਹੈ। ਉਸ ਦਾ ਅਗਲਾ ਟੀਚਾ ਮਲਟੀ ਐਕਸਲ ਵਾਹਨ ਚਲਾਉਣਾ ਹੈ। ਵੋਲਵੋ ਵਰਗੇ ਵਿਸ਼ਾਲ ਮਲਟੀ ਐਕਸਲ ਵਾਹਨਾਂ ਨੂੰ ਚਲਾਉਣ ਦੇ ਲਈ ਬੰਗਲੌਰ ਦੇ ਸਿਖਲਾਈ ਕੇਂਦਰ ਤੋਂ ਸਿਖਲਾਈ ਹਾਸਲ ਕਰਨੀ ਪਵੇਗੀ। ਪਰ ਜਦੋਂ ਉਹ ਬੰਗਲੌਰ ਵਿੱਚ ਸਿਖਲਾਈ ਦੇ ਲਈ ਜਾਣ ਦੀ ਤਿਆਰੀ ਕਰ ਰਹੀ ਸੀ, ਉਸ ਵੇਲੇ ਕੋਵਿਡ ਸੰਕਰਮਣ ਗੰਭੀਰ ਹੋ ਗਿਆ। 22 ਸਾਲਾਂ ਦੀ ਡਲੀਸੀਆ ਪੜ੍ਹਾਈ ਵਿੱਚ ਵੀ ਚੰਗੀ ਹੈ, ਹਾਲਾਂਕਿ ਉਸ ਨੂੰ ਖੁਸ਼ੀ ਡਰਾਈਵਿੰਗ ਵਿੱਚ ਹੀ ਮਿਲਦੀ ਹੈ। ਤ੍ਰਿਸੂਰ ਸੇਂਟ ਥਾਮਸ ਕਾਲਜ ਤੋਂ ਬੀਕੌਮ ਗ੍ਰੈਜੂਏਟ ਪੂਰਾ ਕਰਨ ਤੋਂ ਬਾਅਦ ਉਹਨਾਂ ਨੇ ਤ੍ਰਿਸੂਰ ਪੀਜੀ ਕੇਂਦਰ ਵਿੱਚ ਐਮਕੌਮ ਕੀਤਾ। ਹਾਲਾਂਕਿ ਉਸਦਾ ਸਿਲੇਬਸ ਪੂਰਾ ਹੋ ਗਿਆ, ਪਰ ਐਮਕੌਮ ਦੇ ਆਖਰੀ ਸਾਲ ਦੀ ਪ੍ਰੀਖਿਆ ਅਜੇ ਖਤਮ ਨਹੀਂ ਹੋਈ। ਆਪਣੀ ਅਕਾਦਮਿਕ ਯੋਗਤਾਵਾਂ ਦੇ ਬਾਵਜੂਦ ਡਲੀਸੀਆ ਸਰਕਾਰੀ ਖੇਤਰ ਵਿੱਚ ਡਰਾਈਵਰ ਦੀ ਭੂਮਿਕਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ। ਮੈਂ ਨਾ ਤਾਂ ਆਮਦਨ ਅਤੇ ਨਾ ਹੀ ਵਿੱਤੀ ਲਾਭ ਦੇ ਨਜ਼ਰੀਏ ਨਾਲ ਦੇਖਿਆ ਹੈ, ਨਾ ਹੀ ਮੈਂ ਆਪਣੇ ਪਿਤਾ ਤੋਂ ਇਸ ਬਾਰੇ ਕੁਝ ਪੁੱਛਿਆ ਹੈ। ਡਰਾਈਵਿੰਗ ਮੇਰੇ ਲਈ ਇੱਕ ਜਨੂੰਨ ਹੈ ਅਤੇ ਮੈਂ ਇਸ ਖੇਤਰ ਦੀ ਦੀਵਾਨੀ ਹਾਂ। ਮੌਜੂਦਾ ਸਮੇਂ ਵਿੱਚ ਮੈਂ ਤਰੂਰ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਟੈਂਕਰ ਲੋਰੀ ਚਲਾ ਰਹੀ ਹਾਂ।
ਡਲੀਸੀਆ ਹੁਣ ਇੱਕ ਫੁੱਲ ਟਾਈਮ ਪੈਟਰੋਲ ਟੈਂਕਰ ਚਾਲਕ ਹੈ ਜਿਸ ਨਾਲ ਉਸਦੇ ਪਿਤਾ ਨੂੰ ਇਹਨਾਂ ਦਿਨਾਂ ਵਿੱਚ ਕੁਝ ਆਰਾਮ ਮਿਲ ਰਿਹਾ ਹੈ ਬਿਊਰੋ ਰਿਪੋਰਟ ਈਟੀਵੀ ਭਾਰਤ To watch 24x7 News Live, download ETV Bharat app.